ਸੋ ਇਹ ਸਾਡੇ ਲਈ ਤਾਂ ਸਭ ਤੋਂ ਵੱਡੀ ਚੀਜ਼ ਇਹੀ ਹੁੰਦੀ ਜਦੋਂ ਬੱਚੇ ਸਾਡਾ ਇੰਨਾ ਸਾਥ ਦਿੰਦੇ ਆ। ਸੋ ਇੱਕ ਵਾਰੀ ਬੱਚਿਆਂ ਦੇ ਨਾਂ 'ਤੇ ਤਾੜੀ ਲਾ ਦਿਓ ਸਾਰੇ ਜਣੇ। ਉਹਦੀ ਹਿੰਮਤ ਦੇਖੋ, ਤੁਰ ਕੇ ਆਈ ਸਾਰੇ ਉੱਥੇ ਬੈਠੇ ਸਾਰੇ ਸੰਗ ਦੇ ਸੀ। ਕੀ ਨਾਮ ਹੈ ਤੁਹਾਡਾ? ਜੀ ਹਰਮਨਪ੍ਰੀਤ ਕੌਰ। ਹਰਮਨਪ੍ਰੀਤ ਲਈ ਥੋੜੀ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਜੀ। ਤੁਸੀਂ ਲਹਿੰਗਾ ਬਹੁਤ ਸੋਹਣਾ ਪਾਇਆ। ਸੋਹਣਾ ਪਾਇਆ ਮੈਂ ਵੀ, ਮੇਰਾ ਵੀ ਸੋਹਣਾ ਹੈ। ਕੀ ਕਰਦੇ ਹੋ ਤੁਸੀਂ? ਜੀ ਅਸੀਂ ਜੀ ਪੜ੍ਹਦੇ ਆ ਜੀ। ਕਿਹੜੀ ਕਲਾਸ 'ਚ ਪੜ੍ਹਦੇ ਆ? ਤੀਜੀ 'ਚ। ਤੀਜੀ 'ਚ ਪੜ੍ਹਦੇ ਆ। ਤੇ ਕਿਹੜਾ ਪਿੰਡ ਹੈ ਤੁਹਾਡਾ? ਸਿਦਮਾ ਦੋਨਾ। ਅੱਛਾ, ਤੇ ਤੁਹਾਨੂੰ ਗਾਉਣਾ ਚੰਗਾ ਲੱਗਦਾ? ਹਾਂਜੀ। ਕਿੰਨਾ ਕੁ ਚੰਗਾ ਲੱਗਦਾ ਜੀ? ਬਹੁਤ। ਆ ਤੁਸੀਂ ਅੱਖਾਂ ਤੇ ਕੀ ਲਾਇਆ? ਆਏ ਹਾਏ, ਉਹ ਮੇਰੀ ਮੰਮੀ ਨੂੰ ਪਸੰਦ ਨਹੀਂ। ਤੂੰ ਵੇ ਤੇਰਾ ਗੋਰਾ ਮੂੰਹ, ਮੈਂ ਤਾਂ ਸਤੈਨੂੰ, ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ। ਤੁਹਾਡੇ ਲਈ ਸਾਰਿਆਂ ਨੇ ਤਾੜੀਆਂ ਮਾਰੀਆਂ, ਤੁਹਾਨੂੰ ਚੰਗਾ ਲੱਗਿਆ? ਚੰਗਾ ਲੱਗਿਆ ਤੁਹਾਨੂੰ? ਕੁੜੀਆਂ ਦੀ ਹਮੇਸ਼ਾ ਹੌਸਲਾ ਵਧਾਈ ਕਰਨੀ ਚਾਹੀਦੀ, ਕਿਉਂਕਿ ਅਸੀਂ ਬਹੁਤ ਕਮਜ਼ੋਰ ਦਿਲ ਦੀਆਂ, ਛੋਟੇ ਦਿਲ ਦੀਆਂ ਹੁੰਦੀਆਂ, ਬਹੁਤ ਡਰੀਆਂ ਹੋਈਆਂ ਹੁੰਦੀਆਂ, ਕਿਉਂਕਿ ਆਲਰੇਡੀ ਸਾਡੇ ਤੇ ਬੜਾ, ਸਾਡੇ ਸਿਰਾਂ ਤੇ ਬੜੇ ਬੋਝ ਹੁੰਦੇ ਆ। ਅਸੀਂ ਆਲਰੇਡੀ ਰਿਸਪੋਂਸੀਬਿਲਟੀਜ਼ ਦੇ ਨੀਚੇ ਹੁੰਦੇ ਹਾਂ। ਸੋ ਕੋਈ ਵੀ ਕੁੜੀ ਅੱਗੇ ਵੱਧਦੀ ਹੈ, ਸਾਰੇ ਜਣੇ ਸਪੋਰਟ ਕਰਿਆ ਕਰੋ। ਸੋ ਇੱਕ ਵਾਰੀ ਹਰਮਨ ਜੀ ਦੇ ਲਈ ਜ਼ੋਰਦਾਰ ਤਾੜੀ ਲਾ ਦਿਓ। ਚੰਗਾ ਲੱਗ ਰਿਹਾ ਤੁਹਾਨੂੰ? ਹਾਂਜੀ ਹਾਂਜੀ। ਤੁਸੀਂ ਗਾਇਆ ਤੇ ਬਹੁਤ ਸੋਹਣਾ, ਤੁਹਾਨੂੰ ਭੰਗੜਾ ਵੀ ਆਉਂਦਾ? ਆਉਂਦਾ? ਡਾਂਸ ਆਉਂਦਾ ਤੁਹਾਨੂੰ? ਅੱਛਾ, ਚਲੋ ਅਸੀਂ ਇਹ ਵੀ ਦੇਖਣਾ ਡਾਂਸ ਕਿੰਨਾ ਸੋਹਣਾ ਕਰਦੇ ਆ। ਆਓ ਜੀ। ਹਾਂਜੀ, ਗੱਲਾਂ ਵਿੱਚ ਬੱਚਲਾ ਤਾਰਿਆਂ ਚ ਰੱਖਦੇ